ਉਸ ਹਾਦਸੇ ਦੀਆਂ ਨੇ ਜਿੱਥੇ ਇੱਕ ਪੁਲ ਤੋਂ ਲੰਘਦੀ ਹੋਈ ਕਾਰ ਪਹਿਲਾਂ ਤਾਂ ਰੇਲਿੰਗ ਤੇ ਜਾ ਚੜੀ ਤੇ ਫਿਰ ਉਸ ਗੱਡੀ ਦਾ ਚੱਕਾ ਪੁਲ ਤੇ ਬਣੀ ਰੇਲਿੰਗ ਦੀਆਂ ਪਾਈਪਾਂ 'ਚ ਫਸ ਗਿਆ। ਦਰਅਸਲ ਇਹ ਕਾਰ ਚਾਲਕ ਇਸ ਪੁਲ ਤੋਂ ਗੁਜ਼ਰ ਰਿਹਾ ਸੀ ਤਾਂ ਕੋਲੋਂ ਦੀ ਲੰਘ ਰਹੀ ਇੱਕ ਟਰੱਕ ਨੂੰ ਸਾਈਡ ਦੇ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਹੀ ਪਹਿਲਾਂ ਤਾਂ ਇਸ ਕਾਰ ਦੀ ਟਰੱਕ ਦੇ ਨਾਲ ਟੱਕਰ ਹੁੰਦੀ ਹੈ, ਇੱਕ ਸਾਈਡ ਲੱਗਦੀ ਹੈ ਜਿਸ ਕਰਕੇ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਇਹ ਕਾਰ ਪੁਲ ਤੇ ਬਣੀ ਰੇਲਿੰਗ ਤੇ ਚੜ ਜਾਂਦੀ ਹੈ। ਗਨੀਮਤ ਰਹੀ ਹੈ ਕਿ ਪਾਈਪਾਂ ਵਿੱਚ ਚੱਕਾ ਫਸਣ ਦੇ ਕਾਰਨ ਕਾਰ ਪੁਲ ਤੇ ਹੀ ਠਹਿਰ ਗਈ, ਨਹੀਂ ਤਾਂ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਸੀ। ਇਹ ਕਾਰ ਜਿਹੜੀ ਹੈ ਹੇਠਾਂ ਨਾਲੇ ਦੇ ਵਿੱਚ ਵੀ ਡਿੱਗ ਸਕਦੀ ਸੀ। ਕਾਰ ਚਾਲਕ ਨੂੰ ਵੀ ਮਾਮੂਲੀ ਸੱਟਾਂ ਆਈਆਂ ਨੇ ਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਹਾਦਸੇ ਦੇ ਨਾਲ ਪੁਲ ਦੇ ਉੱਤੇ ਕਾਫੀ ਦੇਰ ਜਾਮ ਜ਼ਰੂਰ ਲੱਗਿਆ ਰਿਹਾ ਹੈ ਕਿਉਂਕਿ ਇਹ ਕਾਰ ਰੇਲਿੰਗ ਤੇ ਚੜ ਕੇ ਉਸਦਾ ਚੱਕਾ ਇਸ ਪਾਈਪਾਂ ਦੇ ਵਿੱਚ ਫਸ ਗਿਆ, ਜਿਸ ਨੂੰ ਕੱਢਣ ਦੇ ਵਿੱਚ ਕਾਫੀ ਮਸ਼ਕਤ ਕਰਨੀ ਪਈ ਹੈ। ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਦੇ ਵੱਲੋਂ ਤੁਰੰਤ ਟ੍ਰੈਫਿਕ ਬਹਾਲ ਕੀਤਾ ਗਿਆ ਤੇ ਫਿਰ ਉਸ ਗੱਡੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਤਸਵੀਰਾਂ ਸ੍ਰੀ ਅਨੰਦਪੁਰ ਸਾਹਿਬ ਨੰਗਲ ਚੁੰਗੀ ਦੇ ਨਜ਼ਦੀਕ ਦੀਆਂ ਨੇ ਜਿੱਥੇ ਇੱਕ ਪੁਲ ਤੋਂ ਲੰਘਦੀ ਹੋਈ ਇਹ ਕਾਰ ਪਹਿਲਾਂ ਤਾਂ ਟਰੱਕ ਦੇ ਨਾਲ ਵੱਜਦੀ ਹੈ ਤੇ ਫਿਰ ਪੁਲ ਦੀ ਰੇਲਿੰਗ ਤੇ ਬਣੀਆਂ ਪਾਈਪਾਂ ਤੇ ਜਾ ਚੜ੍ਹਦੀ ਹੈ ਤੇ ਉਸਦਾ ਚੱਕਾ ਉਹਨਾਂ ਪਾਈਪਾਂ ਦੇ ਵਿੱਚ ਫਸ ਜਾਂਦਾ ਹੈ। ਦਰਅਸਲ ਇਹ ਕਾਰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਟਰੱਕ ਤੋਂ ਸਾਈਡ ਦੀ ਹੋ ਕੇ ਅੱਗੇ ਲੰਘਣਾ ਸੀ, ਪਰ ਪਹਿਲਾਂ ਤਾਂ ਟਰੱਕ ਦੀ ਹੀ ਸਾਈਡ ਇਸ ਗੱਡੀ ਨੂੰ ਲੱਗ ਜਾਂਦੀ ਹੈ ਜਿਸ ਕਰਕੇ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਫਿਰ ਇਹ ਕਾਰ ਇਸ ਪੁਲ ਦੀ ਰੇਲਿੰਗ ਤੇ ਚੜ ਜਾਂਦੀ ਹੈ। ਗਨੀਮਤ ਰਹੀ ਹੈ ਕਿ ਕਾਰ ਹੇਠਾਂ ਨਹੀਂ ਡਿੱਗੀ ਕਿਉਂਕਿ ਇਸ ਦਾ ਚੱਕਾ ਰੇਲਿੰਗ ਤੇ ਬਣੀਆਂ ਪਾਈਪਾਂ 'ਚ ਫਸ ਗਿਆ ਸੀ, ਵਰਨਾ ਇੱਥੇ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਸੀ। ਆ ਰਹੇ ਸੀ, ਆਏ ਤਾਂ ਅਸੀਂ ਬੜੀ ਦੂਰ ਤੋਂ, ਜੰਮੂ ਤੋਂ ਆ ਰਿਹਾ ਸੀ ਮੈਂ, ਜਾਣਾ ਅਨੰਦਪੁਰ ਸਾਹਿਬ। ਹਾਂਜੀ, ਕਿੱਥੋਂ ਆਉਂਗੇ ਸਰ ਹਾਦਸਾ? ਇੱਧਰੋਂ ਆ ਰਹੇ ਸੀ ਆਪਾਂ ਤੇ ਬੜੀ ਸੋਹਣੀ ਸਾਈਡ ਬਾਬਾ ਜੀ ਨੇ ਦਿੱਤੀ ਹੋਈ ਸੀਗੀ, ਪਤਾ ਨਹੀਂ ਕਿਆ ਇਹਨਾਂ ਹੋਇਆ, ਜਦ ਬਰਾਬਰ ਤੇ ਟੱਕਣ ਬਰਾਬਰ ਹੋਈ ਗੱਡੀ ਬਿਲਕੁਲ ਇਹਨੀ ਓਪਨ ਕੱਢ ਦਿੱਤੀ, ਤੋ ਮੇਰੀ ਗੱਡੀ ਨਿਕਲ ਗਈ ਸੀ ਜੀ ਪਿਛਲੇ ਪਾਸੇ, ਤੇ ਪਿਛਲੇ ਪਾਸੇ ਨਾਲ ਲੱਗ ਗਈ ਤੇ ਬਸ ਉਹ ਗੱਡੀ ਅੱਗੇ ਆ ਗਈ ਤੇ ਅੱਗੇ ਨਾਲ ਹੀ ਲੈ ਕੇ ਜਾਂਦੇ ਆਏ ਤੇ ਤੁਸੀਂ ਬਾਕੀ ਅਗਲਾ ਤੁਸੀਂ ਦੇਖ ਸਕਦੇ ਹੋ। ਸਰ ਤੁਹਾਡੇ ਨਾਲ ਕੌਣ ਕੌਣ ਸੀ? ਮੇਰੇ ਨਾਲ ਮੇਰੀ ਵਾਈਫ ਸੀਗੀ ਜੀ, ਦੋਨਾਂ ਦਾ ਬਚਾਅ ਹੈ ਜੀ। ਵਾਈਫ ਦੇ ਨਾਲ ਹੋਰ ਕਿਸੇ ਨੂੰ? ਨਹੀਂ, ਅਸੀਂ ਦੋਨਾਂ ਤੁਹਾਡੀ ਵਾਈਫ ਸੀ। ਹਾਂਜੀ, ਤੇ ਕਿਸ ਤਰ੍ਹਾਂ ਗੱਡੀ ਓਵਰ ਟਰੱਕ ਨਾਲ ਲੱਗੀ ਹੈ? ਹਾਂ, ਟਰੱਕ ਨਾਲ ਹੀ, ਟਰੱਕ ਵੀ ਨਿਕਲ ਤੋਂ ਲੋਡ ਹੋ ਕੇ ਆ ਰਿਹਾ ਸੀ ਫੈਕਟਰੀ ਤੋਂ, ਇਹ ਵੀ ਆ ਰਹੀ ਰੋਂਗ ਸਾਈਡ ਆ ਰਹੀ ਸੀ। ਕੀ ਕਾਰਨ ਬਣਿਆ? ਰੋਂਗ ਸਾਈਡ ਬੈਠੇ ਕਰ ਰਹੇ ਸੀ, ਟਕਰਾ ਗਈ, ਟਕਰਾ ਸੱਟਾਂ ਵਗੈਰਾ ਲੱਗੇ ਗਏ ਸਰ? ਨਹੀਂ, ਸੱਟਾਂ ਤਾਂ ਬਚਾਈ ਹੈ, ਲੇਡੀ ਜੈਂਟ ਸੀ ਦੋਨੇ, ਜੋੜੀ ਸੀ, ਉਹ ਡਰਾਈਵਰ ਇਕੱਲਾ ਸੀ। ਅਸਾਂ ਇੱਧਰੋਂ ਰੋਂਗ ਸਾਈਡ ਪਾਸ ਕਰਦੇ ਸੀ ਜੀ, ਆ ਰਹੇ ਸੀ। ਤੁਸੀਂ ਕਿੱਥੋਂ ਆ ਰਹੇ, ਕਿੱਥੇ ਜਾ ਰਹੇ ਸੀ? ਅਸੀਂ ਖਾਦ ਫੈਕਟਰੀ 'ਚੋਂ ਡੇਰਾ ਪਰ ਅਸੀਂ ਜਾ ਰਹੇ ਸੀ ਖਾਦ ਲੈ ਕੇ।